ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਕੱਲ ਦੀ ਜਿਹੜੀ ਦੀਪ ਸਿੱਧੂ ਬਾਈ ਦੀ ਜਿਹੜੀ ਮੌਤ ਦੀ ਖਬਰ ਆਈ ਆ ਉਹਨੇ ਸਾਰਿਆਂ ਨੂੰ ਜਿਹੜਾ ਝੰਡੋੜ ਕੇ ਰੱਖ ਦਿੱਤਾ ਐਦਾਂ ਲੱਗਦਾ ਵੀ ਜਿੱਦਾਂ ਕੱਲੇ ਦੀਪ ਸਿੱਧੂ ਬਾਈ ਦਾ ਹੀ ਨਹੀਂ ਸਾਰੀ ਕੌਮ ਦਾ ਜਿਹੜਾ ਐਕਸੀਡੈਂਟ ਹੋਇਆ ਹੋਵੇ ਕਿਉਂਕਿ ਕੌਮ ਨੂੰ ਇੰਨੇ ਭਾਰੀ ਸਦਮੇ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਨਹੀਂ ਦੇਖਿਆ ਖਾਸ ਕਰਕੇ ਕਿਸੇ ਇਨਸਾਨ ਦੀ ਮੌਤ ਨਾਲ ਜਿਹੜਾ ਕਿ ਆ ਕੌਮ ਇੰਨੀ ਜ਼ਿਆਦਾ ਸਦਮੇ ਦੇ ਵਿੱਚ ਆਈ ਹੋਵੇ ਬਹੁਤ ਲੰਬੇ ਟਾਈਮ ਬਾਅਦ ਦੇਖਿਆ ਤੇ ਦੀਪ ਸਿੱਧੂ ਦੀ ਬਾਈ ਦੀ ਜਿਹੜੀ ਮੌਤ ਤੇ ਵੀ ਬਹੁਤ ਸਾਰੇ ਜਿਹੜੇ ਸਵਾਲ ਖੜੇ ਹੁੰਦੇ ਨੇ ਬਹੁਤ ਜ਼ਿਆਦਾ ਜਿਹੜੇ ਸਵਾਲ ਪੈਦਾ ਹੁੰਦੇ ਨੇ ਤੇ ਬਹੁਤਿਆਂ ਦੇ ਜਵਾਬ ਤਾਂ ਜਿਹੜਾ ਬਾਈ ਆਪ ਹੀ ਨਾਲ ਹੀ ਲੈ ਗਿਆ ਜਿਨ੍ਹਾਂ ਦੇ ਕਦੇ ਜਵਾਬ ਨਹੀਂ ਮਿਲਣੇ ਤੇ ਬਹੁਤ ਜਿਹੜੇ ਸਵਾਲ ਆ ਪਿੱਛੇ ਖੜੇ ਨੇ ਤੇ ਉਹਨਾਂ ਦੇ ਵਿੱਚੋਂ ਸਭ ਤੋਂ ਜਿਹੜਾ ਅਹਿਮ ਇਹ ਆ ਬੀ ਜਿਹੜਾ ਕੀ ਆ 20 ਤਰੀਕ ਨੂੰ ਵੋਟਾਂ ਆ ਵੋਟਾਂ ਤੋਂ 4 ਦਿਨ ਪਹਿਨੂੰ ਇਹ ਸਾਰੀ ਕਾਰਵਾਈ ਹੋਣਾ ਇਹ ਵਾਈ ਦਾ ਐਕਸੀਡੈਂਟ ਹੋਣਾ ਤੇ ਇਹਦੇ ਵਿੱਚ ਉਹ ਜਿਹੜੀ ਰਾਜਨੀਤੀ ਦੀ ਬਹੁਤ ਵੱਡੀ ਜਿਹੜੀ ਬੋ ਰਾਜਨੀਤੀ ਦੀ ਆ ਰਹੀ ਹੈ ਇਸ ਤੋਂ ਇਲਾਵਾ ਜਿਸ ਹਸਾਬ ਨਾਲ ਐਕਸੀਡੈਂਟ ਹੋਇਆ ਉੱਥੇ ਵੀ ਬਹੁਤ ਜ਼ਿਆਦਾ ਜਿਹੜੇ ਸਵਾਲ ਖੜੇ ਹੁੰਦੇ ਨੇ ਇੱਕ ਜਿਹੜਾ ਸਭ ਤੋਂ ਐਮ ਆ ਵੀ ਗੱਡੀ ਨੂੰ ਇੰਨੀ ਜਲਦੀ ਜਲਦੀ ਜਿਹੜਾ ਵੀ ਪੁਲਿਸ ਦਾ ਇੰਨੀ ਜਿਹਾ ਭਾਰੀ ਗਿਣਤੀ ਚਾਉਣਾ ਗੱਡੀ ਦੀ ਉੱਥੇ ਬਿਨਾ ਵੀਡੀਓਗ੍ਰਾਫੀ ਬਣਾਈ ਨਿਸ਼ੀਦਤੀ ਤੋਂ ਜਿਹੜੀ ਜਿਹੜਾ ਗੱਡੀ ਨੂੰ ਲੈਗਾ ਇਹ ਤਾਂ ਆਮੂਮਨ ਦੇਖਦੇ ਆਂ ਐਕਸੀਡੈਂਟ ਤੋਂ ਬਾਅਦ ਕਿੰਨੇ ਕਿੰਨੇ ਦਿਨ ਜਿਹੜੀ ਗੱਡੀ ਉੱਥੇ ਖੜੀ ਰਹਿੰਦੀ ਆ ਤੇ ਇਸ ਤੋਂ ਇਲਾਵਾ ਜਿਹੜਾ ਵੀ ਨਾਲ ਜਿੰਨੇ ਵੀ ਜਣੇ ਬੈਠੇ ਸੀਗੇ ਜਾਂ ਦੋ ਕੁੜੀਆਂ ਜਿਹੜ ਕਹਿੰਦੇ ਮਾਮੂਲੀ ਵੀ ਖਰੋਚ ਤੱਕ ਨਹੀਂ ਆਈ ਤੇ ਇਸ ਤੋਂ ਇਲਾਵਾ ਕੀ ਜਿਹੜਾ ਬਾਈ ਦੇ ਇਕੱਲੇ ਜਿਹੜਾ ਮੱਥੇ ਦੇ ਸੱਟ ਸਿਰ ਤੇ ਲੱਗੀ ਤੇ ਇੰਨਾ ਭਾਰੀ ਐਕਸੀਡੈਂਟ ਹੋਇਆ ਵੇ ਗੱਡੀ ਦਾ ਹਾਲ ਤੁਸੀਂ ਦੇਖਿਆ ਤੇ ਹੋਰ ਸਰੀਰ ਦੇ ਉੱਪਰ ਕਿਤੇ ਵੀ ਜਿਹੜੀ ਕੋਈ ਸੱਟ ਨਹੀਂ ਲੱਗੀ ਇਹ ਜਿਹੜੇ ਵੱਡੇ ਜਿਹੜੇ ਸਵਾਲ ਜਿਹੜੇ ਉੱਠ ਰਹੇ ਨੇ ਬਾਈ ਦੀ ਮੌਤ ਤੇ ਇਸ ਤੋਂ ਇਲਾਵਾ ਜਿਹੜਾ ਦੱਸਿਆ ਜਾ ਰਿਹਾ ਮੌਕੇ ਦੇ ਜਿਹੜੇ ਉੱਥੇ ਗਵਾਹ ਨੇ ਉਹਨਾਂ ਨੇ ਵੀ ਦੱਸਿਆ ਵੀ ਗੱਡੀ ਨੇ ਉੱਥੇ ਜਿਹੜਾ ਕੀ ਬ੍ਰੇਕ ਮਾਰੀ ਬਿਲਕੁਲ ਖਾਲੀ ਸੜਕ ਦੇ ਜਲਾ ਪਿੱਛੋਂ ਵੀ ਬ੍ਰੇਕ ਮਾਰੀ ਗੱਡੀ ਨੇ ਤੇ ਇਸ ਤਰ੍ਹਾਂ ਦੇ ਬਹੁਤ ਸਵਾਲ ਜਿਹੜੇ ਉੱਠ ਰਹੇ ਨੇ ਹੁਣ ਇਹ ਵੀ ਇਹ ਜਿਹੜਾ ਬਹੁਤ ਜਿਹੜਾ ਵੱਡਾ ਆਪਰੇਸ਼ਨ ਆ ਕਿਉਂਕਿ ਉਹੀ ਸਵਾਲ ਪੈਦਾ ਹੋ ਗਏ ਨੇ ਉਹੀ ਗੱਲਾਂ ਪੈਦਾ ਹੋ ਗਈਆਂ ਜਿਨ੍ਹਾਂ ਦੀ ਦੀਪ ਬਾਈ ਗੱਲ ਕਰਦਾ ਹੁੰਦਾ ਸੀ ਵੀ ਸਾਡੀ ਜਿਹੜੀ ਸੁਣਵਾਈ ਨਹੀਂ ਹੁੰਦੀ ਸਾਡੀ ਕੌਮ ਨਾਲ ਜਿਹੜਾ ਹਮੇਸ਼ਾ ਹੀ ਇਦਾਂ ਧੱਕਾ ਹੁੰਦਾ ਉਹੀ ਚੀਜ਼ਾਂ ਹੁਣ ਹੋ ਰਹੀਆਂ ਵੀ ਦੀਪ ਬਾਈ ਦੀ ਜਿਹੜੀ ਮੌਤ ਦੇ ਜਿਹੜੇ ਸਵਾਲ ਉੱਠ ਰਹੇ ਨੇ ਇਹਨਾਂ ਦੇ ਜਵਾਬ ਕਦੇ ਮਿਲਣਗੇ ਜਾਂ ਨਹੀਂ ਮਿਲਣਗੇ ਤੇ ਇਸ ਤੋਂ ਬਾਅਦ ਦੱਸ ਦਈਏ ਵੀ ਹਰਿਆਣਾ ਜਿਹੜਾ ਜਿਹੜਾ ਉੱਥੇ ਨੈਸ਼ਨਲ ਹਾਈਵੇ ਤੇ ਜਿਹੜਾ ਹਰਿਆਣੇ ਦੇ ਕੋਲੇ ਸੋਨੀਪਾਦ ਦੇ ਕੋਲੇ ਜਿਹੜਾ ਇਹ ਐਕਸੀਡੈਂਟ ਹੋਇਆ ਸੀਗਾ ਤੇ ਹੁਣ ਜਿਹੜਾ ਕੀ ਆ ਪੋਸਟਮਾਰਟਮ ਉਹ ਉਹ ਭੇਜ ਦਿੱਤੀ ਗਈ ਆ ਪੰਜਾਬ ਤੇ ਜਿਹੜਾ ਬਾਈ ਦਾ ਸੰਸਕਾਰ ਹੋਣਾ ਆ ਉਹ ਸ਼ਾਮ ਨੂੰ 5 ਵਜੇ ਜਿਹੜਾ ਹੋਣਾ ਆ 16 ਫਰਵਰੀ ਸ਼ਾਮ 5 ਵਜੇ ਤੇ ਪਿੰਡ ਜਿਹੜਾ ਉਹ ਤਰੀਕੇ ਪਿੰਡ ਆ ਵੀ ਕਿਸੇ ਨੇ ਵੀ ਪਹੁੰਚਣਾ ਹੋਵੇ ਵੈਸੇ ਤਾਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਕੋਸ਼ਿਸ਼ ਕਰੋ ਵੀ ਉੱਥੇ ਜਿਹੜਾ ਕੱਟ ਕੀਤਾ ਜਾਵੇ ਤਾਂ ਕਿ ਜਿਹੜਾ ਇੱਕ ਸਰਕਾਰ ਦੇ ਮਨ ਦੇ ਵਿੱਚ ਜਿਹੜਾ ਆਪਰੇਸ਼ਨ ਪੈਦਾ ਹੋਵੇ ਕਿ ਇੰਨੇ ਲੋਕ ਜਿਹੜੇ ਬਾਈ ਦੇ ਨਾਲ ਨੇ ਤੇ ਤਰੀਕੇ ਪਿੰਡ ਜਿਹੜਾ ਬਿਲਕੁਲ ਲੁਧਿਆਣੇ ਦੀ ਬੁੱਕਲ ਦੇ ਵਿੱਚ ਵਸਿਆ ਲੁਧਿਆਣੇ ਤੋਂ ਜਦੋਂ ਅਸੀਂ ਮੋਗੇ ਵਾਲੀ ਸੜਕ ਤੇ ਜਾਣਾ ਜਗਰਾਉ ਮੁੱਲਾਪੁਰ ਵਾਲੀ ਤੇ ਤਾਂ ਲੁਧਿਆਣੇ ਨੂੰ ਲੰਘ ਕੇ ਨਾਲ ਹੀ ਜਿਹੜਾ ਪਿੰਡ तरीके ਆ ਤੇ ਬਾਕੀ ਜਿਹੜੇ-ਜਿਹੜੇ ਵੀ ਵੀਰਾਂ ਨੇ ਇੱਥੇ ਜਾਣਾ ਹੋਇਆ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਉਹਨਾਂ ਨੂੰ ਪਤਾ ਲੱਗੇ ਵੀ ਕਿੱਥੇ ਸੰਸਕਾਰ ਹੋਣਾ ਆ ਤੇ ਕਦੋਂ ਹੋਣਾ ਆ ਤੇ ਬਾਕੀ ਕੋਈ ਵੀ ਹੋਰ ਇਸ ਖਬਰ ਸੰਬੰਧੀ ਸਾਡੇ ਕੋਲੇ ਜਾਣਕਾਰੀ ਆਉਂਦੀ ਹੈ ਉਹਨਾਂ ਦੀ ਡੈਥ ਸੰਬੰਧੀ ਕੋਈ ਵੀ ਜਿਹੜੀ ਜਾਣਕਾਰੀ ਸਾਡੇ ਤੱਕ ਆਉਂਦੀ ਹੈ ਉਹ ਆਪਾਂ ਤੁਹਾਡੇ ਨਾਲ ਨਾਲ ਜਿਹੜੀ ਕੀ ਆ ਸ਼ੇਅਰ ਕਰਦੇ ਰਹਿਾਂਗੇ ਧੰਨਵਾਦ